ਜਦੋਂ ਅਸੀਂ ਸਾਰਾ ਟੀਮ ਵਰਕ ਕੀਤਾ ਸਟਾਰਟਿੰਗ ਦੇ ਵਿੱਚ ਇੱਕ ਟੀਮ ਵਰਕ ਸੀ ਜਿਹਦਾ ਸਿਹਰਾ ਸਾਰੇ ਆਪਣੀ ਟੀਮ ਨੂੰ ਇਹ ਵੀਰ ਹੈ ਗਗਨ ਜੱਸਾ ਵੀਰ ਮਾਛੀਵਾੜੇ ਤੋਂ ਅਤੇ ਮੈਂ ਜਦੋਂ ਪਹਿਲੀ ਵਾਰ ਇੱਥੇ ਆਏ ਅਸੀਂ ਖੋਜਬੀਨ ਕੀਤੀ ਮਾਤਾ ਜੀ ਨੂੰ ਮਿਲ ਕੇ ਗਏ ਉਸ ਤੋਂ ਬਾਅਦ ਤਾਲਮੇਲ ਹੋਇਆ ਉੱਧਰ ਦੇ ਪਰਿਵਾਰ ਨੂੰ ਲੱਭਿਆ ਤੁਸੀਂ ਸਾਰੀਆਂ ਵੀਡੀਓ ਵੇਖੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਮੇਨ ਯੋਗਦਾਨ ਰਿਹਾ ਮਿਲਾਉਣ ਦਾ ਕਿਸਾਨਾਂ ਦੀ ਆ ਰਾਸ਼ਦ ਸਾਡੇ ਐਡਵੋਕੇਟ ਸਾਹਿਬ ਲਾਹੌਰ ਦੇ ਇਹ ਵੀਰਾ ਗਗਨ ਜੀ ਉੱਧਰੋਂ ਜੱਸਾ ਮਾਛੀਵਾੜੇ ਤੋਂ ਮੈਂ ਹੋ ਗਿਆ ਅਤੇ ਇੱਕ ਸਾਡਾ ਵੀਰ ਗੁਰਦਰਸ਼ਨ ਜੀ ਆ ਅਸੀਂ ਸਾਰਿਆਂ ਨੇ ਤਾਲਮੇਲ ਕਰਕੇ ਜਦੋਂ ਪਾਸਪੋਰਟ ਲੈ ਗਏ ਅਸੀਂ ਆਪਣੇ ਵੀਜ਼ੇ ਲਵਾਏ ਮੈਂ ਵੀ ਲਵਾਇਆ ਨਾਲ ਇੱਧਰ ਲੈ ਕੇ ਆਏ ਪਰਿਵਾਰ ਨੂੰ
ਹੁਣ ਹੋਇਆ ਕੀ ਆ? ਪਰਿਵਾਰ ਦੱਸ ਰਿਹਾ ਕਿ ਅਸੀਂ ਸਾਰੀ ਜਿਹੜੀ ਆ ਅਰੇਂਜਮੈਂਟ ਕੀਤਾ ਹੋਇਆ ਸੀ, ਫੁੱਲਾਂ ਦੇ ਹਾਰ ਲੈ ਕੇ ਰੱਖੇ ਸੀ ਵੈਲਕਮ ਕਰਨ ਵਾਸਤੇ। ਕਹਿੰਦੇ ਸਾਨੂੰ ਰੋਜ਼ੇ ਰੱਖਣ ਜਿੰਨੀ ਖੁਸ਼ੀ ਹੋਈ ਹੈ, ਪਰ ਜਦੋਂ ਪਤਾ ਲੱਗਾ ਕਿ ਸਾਡਾ ਪਰਿਵਾਰ ਜਿਹੜਾ ਇੰਡੀਆ 'ਚ ਆ ਰਿਹਾ। ਹੁਣ ਗੱਲ ਕੀ ਹੁੰਦੀ ਹੈ ਕਿ ਇੱਕ ਅਣਜਾਣ ਬੰਦਾ ਜਿਹਦਾ ਜ਼ਿਕਰ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਕਰਾਂਗੇ, ਉਹ ਪਰਿਵਾਰ ਕੋਲ ਆਉਂਦਾ, ਉਹ ਇਹਨਾਂ ਨੂੰ ਇਹ ਕਹਿ ਕੇ ਲੈ ਜਾਂਦਾ ਕਿ ਤੁਹਾਨੂੰ ਕੋਈ ਸਾਹਿਬ ਮਿਲਣ ਵਾਸਤੇ ਆਏ ਆ, ਉਹਨਾਂ ਨੂੰ ਕੋਈ ਤੁਹਾਨੂੰ ਕੋਈ ਆਪਣੇ ਰਾਸ਼ਨ ਵਗੈਰਾ ਦੇਣਾ। ਹੁਣ ਇਹਨਾਂ ਪਰਿਵਾਰ ਨੂੰ ਪਤਾ ਨਹੀਂ, ਸਾਨੂੰ ਵੀ ਜਿਹੜਾ ਉੱਧਰ ਪਰਿਵਾਰ ਆ, ਮਾਤਾ ਜੀ ਦੇ ਭਰਾ ਕਹਿ ਸਕਦੇ ਹਾਂ, ਭੈਣ ਜੀ ਆਏ ਉੱਧਰੋਂ, ਉਹਨਾਂ ਨੂੰ ਵੀ ਇਹ ਕਹਿ ਕੇ ਗਿਆ ਬੁਲਾਇਆ ਜਾਂਦਾ ਕਿ ਤੁਹਾਨੂੰ ਦਾਵਤ ਕਰਨੀ ਹੈ, ਤੁਸੀਂ ਸਾਡੇ ਕੋਲ ਆਓ। ਹੁਣ ਨਾ ਤਾਂ ਮੈਨੂੰ ਪਤਾ, ਨਾ ਵੀਰ ਕਿਸਾਨਾ ਜੀ ਨੂੰ ਪਤਾ ਜਿਹਨਾਂ ਨੇ ਇੰਨੀ ਮਿਹਨਤ ਕੀਤੀ ਆ, ਨਾ ਐਡਵੋਕੇਟ ਸਾਹਿਬ ਰਾਸ਼ਦ ਜੀ ਨੂੰ ਪਤਾ, ਅਤੇ ਨਾ ਗਗਨ ਜੀ ਨੂੰ ਪਤਾ, ਕਿਉਂਕਿ ਅਸੀਂ ਜਿਹੜਾ ਟਾਈਮ ਇੱਥੇ ਅਸੀਂ 19 ਤਰੀਕ ਦਾ ਰੱਖਿਆ ਸੀ। ਇਹ ਪਰਿਵਾਰ ਨੂੰ ਸਾਰੇ ਜਿਹੜਾ ਮੇਲ ਮਿਲਾਪ ਕਰਵਾਉਣਾ ਜਾਂ, ਹਾਂਜੀ, ਹੁਣ ਉਹ ਬੰਦਾ ਗੁੰਮਰਾਹ ਕਰਕੇ ਇਸ ਪਰਿਵਾਰ ਨੂੰ ਇੱਥੋਂ ਲੈ ਜਾਂਦਾ। ਇਹ ਜਿਹੜੇ ਆਂਢ ਗੁਆਂਢੇ ਭੈਣ ਜੀ ਅਸੀਂ ਬੈਠੇ ਹਾਂ, ਤੁਹਾਨੂੰ ਸਾਰਾ ਦੱਸ ਰਹੇ ਹਾਂ ਕਿ ਇਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਸਾਰਾ ਜਿਹੜਾ ਅਰੇਂਜਮੈਂਟ ਪ੍ਰੋਗਰਾਮ ਕੀਤਾ ਸੀ ਕਿ ਪਰਿਵਾਰ ਆ ਰਿਹਾ। ਇਹਨਾਂ ਦੀਆਂ ਜਿਹੜੀਆਂ ਮਨ ਦੀਆਂ ਇੱਛਾਵਾਂ ਉਹ ਵੀ ਦਿਲ ਦੇ ਵਿੱਚ ਰਹਿ ਗਈਆਂ, ਚਾਹ ਦੂਰੇ ਰਹਿ ਗਏ ਜਦੋਂ ਇਹ ਪਰਿਵਾਰ ਦੇ ਮਿਲਾਪ ਉਹ ਕਰਵਾਇਆ ਜਾਂਦਾ ਹੈ ਕਿਸੇ ਹੋਰ ਥਾਂ 'ਤੇ, ਜਿਹਦੇ ਵਿੱਚ ਇਹ ਪਰਿਵਾਰ ਵੀ ਅਧੂਰਾ ਮਾਤਾ ਜੀ ਕੋਲ ਪਹੁੰਚਦਾ, ਉਹ ਪਰਿਵਾਰ ਵੀ ਅਧੂਰਾ ਜਿਹੜਾ ਪਹੁੰਚ, ਉਹਨਾਂ ਦੇ ਬੇਟੇ ਨੂੰ ਵੀ ਨਹੀਂ ਮਿਲਣ ਦਿੱਤਾ ਜਾਂਦਾ, ਉਹਨਾਂ ਦੇ ਬੇਟੇ ਨੂੰ ਇੱਥੋਂ ਨਾਲ ਲੈ ਜਾਇਆ ਜਾਂਦਾ ਅਤੇ ਪਿੱਛੇ ਕਿਤੇ ਖੜਾ ਕਰ ਦਿੱਤਾ ਜਾਂਦਾ ਕਿ ਹਾਂ, ਇਹਦੇ ਪਿੱਛੇ ਕੀ ਮਨਸ਼ਾ ਹੈ, ਤਾਂ ਹੁਣ ਉਹੀ ਸੱਜਣ ਮੇਰਾ ਦੱਸ ਸਕਦਾ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਇੱਥੋਂ ਗੁਮਰਾਹ ਕਰਕੇ ਲੈ ਕੇ ਗਿਆ। ਅਤੇ ਬਾਕੀ ਤੁਸੀਂ ਸੁਣ ਲਿਆ ਜੋ ਭੈਣ ਜੀ ਹੋਰਾਂ ਨੇ ਕਿਹਾ ਕਿੱਦਾਂ ਕਿੱਦਾਂ ਹੋਇਆ, ਅਤੇ ਸਾਡੇ ਦਿਲ ਤਾਂ ਬੜੇ ਚਾਅ ਸੀ, ਅਸੀਂ ਵੀ ਜੋ ਵੀ ਆ ਇਹਨਾਂ ਦੇ ਪਰਿਵਾਰ ਉੱਧਰੋਂ ਲੀੜਾ ਕੱਪੜਾ ਜਾਂ ਜੋ ਵੀ ਇਹਦੀ ਹੈਲਪ ਕਰਨ ਵਾਸਤੇ ਮਾਤਾ ਜੀ ਦੇ ਆਏ ਸੀ। ਹੈ ਮਾਤਾ ਜੀ ਨੇ ਦੱਸਿਆ ਕਿ ਮੇਰੇ ਕਲੇਜੇ ਵਿੱਚ ਠੰਡ ਪੈ ਗਈ ਜਦੋਂ ਆਪਣੇ ਕੋਈ ਮਿਲਦਾ ਵਿਛੜਿਆ ਹੋਇਆ, ਅਤੇ ਜ਼ਾਹਿਰ ਜੀ ਗੱਲ ਆ ਕਿ ਸਾਨੂੰ ਵੀ ਇਸ ਗੱਲ ਦੀ ਚਲੋ ਖੁਸ਼ੀ ਆ ਕਿ ਅਸੀਂ ਪਰਿਵਾਰ ਨੂੰ ਮਿਲਾਉਣ ਵਿੱਚ ਸਫਲ ਹੋਏ ਹਾਂ। ਇਹ ਸਾਰੇ ਵੀਰਾਂ ਦਾ ਇੱਕ ਟੀਮ ਵਰਕ ਸੀ, ਕਿਸੇ ਇਕੱਲੇ ਦੇ ਸਿਰ ਤੇ ਸਿਰਾ ਨਹੀਂ ਵੱਜਦਾ। ਹਾਂਜੀ, ਬਿਲਕੁਲ, ਮਾਤਾ ਜੀ ਬੜੇ ਭਾਵੁਕ ਹੋ ਰਹੇ ਆ ਕਿ ਉਹ ਜਦੋਂ ਸਾਰਾ ਮਿਲੇ ਆ, ਪੁਰਾਣੀਆਂ ਗੱਲਾਂ ਕੀਤੀਆਂ ਇਹਨਾਂ ਨੇ, ਅੱਜ ਅਸੀਂ ਹੁਣ ਪਰਿਵਾਰ ਨੂੰ ਦੇ ਕੋਲ ਸਪੈਸ਼ਲ ਚੱਲ ਕੇ ਆਏ ਕਿ ਸਾਨੂੰ ਪਤਾ ਲੱਗੇ ਕਿ ਇਹ ਕਿਸ ਤਰ੍ਹਾਂ ਦਾ ਹੋਇਆ, ਕੀ ਗੱਲ ਹੋਈ ਹੈ ਨਾ, ਕਿੰਨਾ ਪੰਧ ਤੁਸੀਂ ਵੀ ਆਇਓ, ਗਗਨ ਜੀ ਆਏ ਆ ਸਾਨੂੰ ਲੈ ਕੇ ਆਏ, ਇੰਨਾ ਜਿਹੜਾ ਰੋਡ ਖਰਾਬ, ਕਿੰਨੀ ਦੂਰ, ਕਿੰਨੀਆਂ ਮੁਸ਼ਕਲਾਂ ਦੇ ਵਿੱਚ ਅਸੀਂ ਮਾਤਾ ਜੀ ਦੇ ਪਰਿਵਾਰ ਦੇ ਵਿੱਚ ਬੈਠੇ ਹਾਂ ਇਸ ਵੇਲੇ। ਪਰ ਉਹ ਸੱਜਣ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਜਿੱਥੇ ਇਹ ਜਜ਼ਬਾਤਾਂ ਦੀ ਗੱਲ ਹੁੰਦੀ ਹੈ, ਇੱਕ ਰਿਸ਼ਤੇ ਦੀ ਗੱਲ ਹੁੰਦੀ ਹੈ, ਹੈ ਨਾ, ਉੱਥੇ ਇਹ ਜਿਹੜੀ ਹੈਗੀਆਂ ਇਹ ਤਾਂ ਸਾਡੀਆਂ ਲਾਲਚ ਜਿਹੜੀਆਂ ਹੁੰਦੀਆਂ ਮਨਾਂ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਕਿ ਇਹ ਥੋੜ੍ਹੇ ਦੀ ਗੱਲ ਹੁੰਦੀ ਆ, ਇੱਥੇ ਪਰਿਵਾਰਾਂ ਦੇ ਵਿੱਚ ਇਹ ਸਾਂਝਾਂ ਦੀ ਗੱਲ ਹੁੰਦੀ ਹੈ, ਅਤੇ ਇਹ ਸਾਨੂੰ ਆਪਣੇ ਲਾਲਚ ਜਿਹੜੇ ਮਫਾਦ ਆ, ਨਿੱਜੀ ਮਫਾਦ ਆ, ਉਹ ਦੂਰ ਰੱਖਣੇ ਚਾਹੀਦੇ ਆ। ਦਾਦਾ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ? ਮੇਰਾ ਵੀ ਧੰਨਵਾਦ ਕਰਦੇ ਹਾਂ, ਪਰਿਵਾਰ 'ਚ ਬੈਠੇ ਹਾਂ, ਪਰਿਵਾਰ ਦੇ ਜਿਹੜੇ ਹਾਲਾਤ ਉਹ ਆਪਾਂ ਦੇਖ ਹੀ ਰਹੇ ਹਾਂ ਸਾਰੇ, ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਪਤਾ ਜੀ ਕੱਲ੍ਹ ਵਾਪਸ ਜਾ ਰਹੇ ਹਾਂ, ਮਿਲਣ ਵਾਸਤੇ ਆਏ ਹਾਂ, ਅਤੇ ਮਾਤਾ ਜੀ ਦਾ ਆਸ਼ੀਰਵਾਦ ਲੈ ਹੀ ਹੈ ਨਾ। ਚਲੋ ਜੀ, ਅਗਰ ਪੂਰਾ ਪਰਿਵਾਰ ਆਉਂਦੇ ਤਾਂ ਇਨਸ਼ਾਅੱਲਾ ਅਸੀਂ ਬਹੁਤ ਖੁਸ਼ ਹੁੰਦੇ ਸੀ, ਇੰਨੇ ਹੁੰਦੇ ਸੀ ਪੂਰੇ ਸਾਡੀ ਮੀਟਿੰਗ ਕਰੋ, ਬਹੁਤ ਲੋਕ ਇਕੱਠੇ ਹੋਏ ਸੀ, ਸਾਡੀ ਤਾਂ ਚਾਹਤ ਹੀ ਬੜੀ ਹੈਗੀ ਸੀ ਕਿ ਅਸੀਂ ਯਾਨੀ ਕਿ ਸਾਨੂੰ ਯਾਨੀ ਕਿ ਮਿਲਦਾ ਹੀ ਨਹੀਂ ਸੀ ਕਿ ਅਸੀਂ ਕਿਵੇਂ ਦਾ ਦੇਸ਼ ਸਾਲ ਕਰੀਏ ਕਿਵੇਂ ਤੁਹਾਡੇ ਫਿਰ ਇਹ ਦੱਸਿਆ ਗਿਆ ਕਿ ਪਰਿਵਾਰ ਕਹਿ ਰਿਹਾ ਕਿ ਸਾਡੇ ਕੋਲ ਨਾ ਆਵੋ, ਅਸੀਂ ਪਾਸੇ ਤੋਂ ਬੁਲਾਏ। ਨਹੀਂ ਨਹੀਂ ਨਹੀਂ, ਭਾਈ ਗੱਲ ਭਲੇਖੇ ਚ ਰਹਿ ਗਈ ਨਾ ਪੈਣ ਗੱਲ, ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਪਰਿਵਾਰ ਕਹਿੰਦਾ ਕਿ ਸਾਡੇ ਕੋਲ ਇੱਥੇ ਨਾ ਆਓ, ਸਾਨੂੰ ਸਾਮਾਨ ਗਵਾਉਣਾ ਉਹ ਜਿਹੜਾ ਮਾਤਾ ਜੀ ਕੋਲ ਆਏ ਸਾਨੂੰ ਲੈਣਾ, ਪਰ ਸਾਨੂੰ ਇਹਨਾਂ ਨੇ ਕਿਹਾ ਕਿ ਬਿਲਕੁਲ ਧੱਕੇ ਦੇ ਨਾਲ ਜਿਹਨੂੰ ਅਸੀਂ ਠਕਰਾ ਨਹੀਂ ਸਕਦੇ।
ਫੋਟੋ ਕਰ ਦਿੱਤੀ ਵੀਰੇ ਮੰਗੀ ਐਂ ਫੋਟੋ ਨਾਲ ਹੀ ਆ